पानी, जल, वाटर, नीर, कुदरत वालों दित्ती एक बहुमुली दात है। इस तो बगैर इस ग्रह ते जीवन की कल्पना भी नहीं की जा सकती। पंजाब खेतीबाड़ी यूनिवर्सिटी वालों इस नु संभालने लई लगातार खोजा जारी हन। ਉਹਨਾਂ ਵਿੱਚੋਂ ਇੱਕ ਹੈ ਛੱਤਾਂ ਰਾਹੀਂ ਮੀਂਹ ਦੇ ਪਾਣੀ ਨੂੰ ਧਰਤੀ ਵਿੱਚ ਨਿਗਾਰਨਾ। ਦੋਸਤੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਿਛਲੇ 20 ਸਾਲਾਂ ਤੋਂ ਜਿਹੜਾ ਬਰਸਾਤੀ ਪਾਣੀ ਹੈ ਉਹਨੂੰ ਇਕੱਠਾ ਕਰਕੇ ਰਿਚਾਰਜ ਕਰਨ 'ਤੇ ਕੰਮ ਕਰ ਰਹੀ ਹੈ। ਟੈਕਨੋਲੋਜੀ ਜਿਹੜੀ ਹੈ ਉਹ ਫਾਈਨਲ ਹੋ ਚੁੱਕੀ ਹੈ, ਉਹਨੂੰ ਆਪਾਂ ਕਾਮਯਾਬੀ ਨਾਲ ਕਈ ਜਗ੍ਹਾ 'ਤੇ ਲਗਵਾ ਕੇ ਦੇਖ ਚੁੱਕੇ ਹਾਂ ਔਰ ਬੜੀ ਵਧੀਆ ਕੰਮ ਕਰ ਰਹੀ ਹੈਗੀ ਹੈ। ਇਸ ਟੈਕਨੋਲੋਜੀ ਰਾਹੀਂ, ਇਸ ਤਕਨੀਕ ਰਾਹੀਂ ਆਪਾਂ ਪਾਣੀ ਨੂੰ ਪਹਿਲਾਂ ਨਿਥਾੜੀ ਦਾ, ਉਸ ਤੋਂ ਬਾਅਦ ਛਾਨੀ ਦਾ, ਅਤੇ ਉਸ ਤੋਂ ਬਾਅਦ ਉਹਨੂੰ ਬੋਰਡ ਦੇ ਵਿੱਚ ਪਾਈਦਾ। ਸੋ 500 ਮੀਟਰ ਸਕੇਅਰ ਛੱਤ ਲਈ ਜਿਹੜਾ ਹੈਗਾ 5x5 ਫੁੱਟ ਦੇ ਟੋਏ ਦੀ ਲੋੜ ਹੁੰਦੀ ਹੈ, ਜਿਹਦੇ ਵਿੱਚ ਆਪਾਂ ਪਹਿਲਾਂ ਜਿਹੜਾ ਕੰਪਾਰਟਮੈਂਟ ਹੈਗਾ 2.5 ਫੁੱਟ ਦਾ ਚੌੜਾ ਹੁੰਦਾ ਹੈਗਾ, 5 ਫੁੱਟ ਡੂੰਘਾ ਹੁੰਦਾ ਹੈਗਾ, ਅਤੇ ਉਹਦੇ ਵਿੱਚ ਪਾਣੀ ਨਿਥਾੜੀ ਦਾ। ਉਸ ਤੋਂ ਬਾਅਦ ਛਾਨਣੇ ਵਿੱਚੋਂ ਦੀ ਦਾਣੇਦਾਰ ਬਜਰੀ ਇਸਤੇਮਾਲ ਕਰਦੇ ਹੋਏ ਪਾਣੀ ਛਾਣ ਕੇ ਆਪਾਂ ਆਊਟਲੈਟ ਚੈਂਬਰ ਦੇ ਵਿੱਚ ਲੈ ਜਾਂਦੇ ਹਾਂ, ਜਿਹੜਾ ਅੱਗੇ ਬੋਰ ਵੱਲ ਨੂੰ ਜਾਂਦਾ ਹੈਗਾ। ਸੋ ਇਸ ਟੈਕਨੀਕ ਨਾਲ ਜਿਹੜਾ ਹੈਗਾ ਆਪਾਂ ਪਾਣੀ ਰੀਚਾਰਜ ਕਰਦੇ ਹਾਂ। ਇਹਦਾ ਜਿਹੜਾ ਸਕੋਪ ਹੈਗਾ ਜਿਹਨੂੰ ਆਪਾਂ ਕਿਸੇ ਵੀ ਘਰ ਦੀ ਬਿਲਡਿੰਗ ਵਿੱਚ ਅਤੇ ਜਾਂ ਕਿਸੇ ਵਿੱਦਿਅਕ ਅਦਾਰੇ ਵਿੱਚ ਜਾਂ ਕਿਸੇ ਇੰਡਸਟਰੀ ਵਿੱਚ ਮੈਰਿਜ ਪੈਲਸ ਦੇ ਵਿੱਚ ਲਗਾ ਸਕਦੇ ਹਾਂ। ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਵਿੱਚ 27 ਲੱਖ ਘਰ ਨੇ ਜਿਹੜੇ ਪਿੰਡਾਂ ਵਿੱਚ ਨੇ, 13 ਲੱਖ ਘਰ ਨੇ ਜਿਹੜੇ ਸ਼ਹਿਰਾਂ ਵਿੱਚ ਨੇ, ਟੋਟਲ 40 ਲੱਖ ਘਰ ਨੇ। ਜੇ ਹਰ ਘਰ ਦਾ ਏਰੀਆ 100 ਮੀਟਰ ਸਕੇਅਰ ਵੀ ਮੰਨ ਲਈਏ ਤਾਂ 135 ਮਿਲੀਅਨ ਮੀਟਰ ਕਿਊਬ ਪਾਣੀ ਜਿਹੜਾ ਹੈਗਾ ਆਪਾਂ ਰੀਚਾਰਜ ਕਰ ਸਕਦੇ ਹੈਗੇ ਹਾਂ। ਸੋ ਦੋਸਤੋ, ਇਸ ਟੈਕਨੀਕ ਦਾ ਸਾਨੂੰ ਫਾਇਦਾ ਲੈਣਾ ਚਾਹੀਦਾ। ਜੇ ਆਪਾਂ ਇਸ ਟੈਕਨੀਕ ਨੂੰ ਅਪਣਾਵਾਂਗੇ ਤਾਂ ਸਾਡਾ ਜਿਹੜਾ ਪਾਣੀ ਜਿਹੜਾ ਹੈ ਵਿਅਰਥ ਨਹੀਂ ਜਾਊਗਾ, ਰਿਚਾਰਜ ਹੋਊਗਾ, ਜਿਹੜਾ ਸਾਡੀ ਪਾਣੀ ਦੀ ਕੁਆਲਿਟੀ ਨੂੰ ਇੰਪਰੂਵ ਕਰੇਗਾ, ਵਧਾਵੇਗਾ, ਚੰਗਾ ਕਰੇਗਾ, ਅਤੇ ਪਾਣੀ ਦੀ ਕੁਆਂਟਿਟੀ ਨੂੰ ਵੀ ਉੱਪਰ ਲਿਆਵੇਗਾ। ਜੇ ਪਾਣੀ ਆਪਾਂ ਰਿਚਾਰਜ ਨਹੀਂ ਕਰਦੇ, ਇਹ ਪਾਣੀ ਸੜਕਾਂ 'ਤੇ ਚਲਾ ਜਾਊਗਾ, ਸੜਕਾਂ ਤੋਂ ਇਹ ਸੀਵਰੇਜ ਵੱਲ ਚਲਾ ਜਾਊਗਾ। ਸੀਵਰੇਜ 'ਤੇ ਜਿਹੜਾ ਇੱਕ ਸਾਫ਼ ਸੁਥਰਾ ਜਿਹੜਾ ਪਾਣੀ ਹੈ ਉਹਨੂੰ ਆਪਾਂ ਖਰਾਬ ਕਰ ਰਹੇ ਹਾਂ। ਜੇ ਕੋਈ ਜਿਹੜੀ ਅੰਡਰ ਡਿਵੈਲਪ ਕਲੋਨੀ ਹੈ ਜਿੱਥੇ ਸੀਵਰੇਜ ਸਿਸਟਮ ਨਹੀਂ ਹੈ, ਉੱਥੇ ਲੋਅ ਲਾਈਂਗ ਏਰੀਆ ਵਿੱਚ ਇਕੱਠਾ ਹੋ ਜਾਂਦਾ, ਉੱਥੇ ਮੱਛਰ ਪੈਦਾ ਹੁੰਦੇ ਨੇ ਅਤੇ ਬਿਮਾਰੀਆਂ ਫੈਲਦੀਆਂ ਨੇ। ਇਸ ਤੋਂ ਇਲਾਵਾ ਸੜਕਾਂ ਨੂੰ ਧੋੜਪਣ ਕਰਦਾ ਹੈਗਾ। ਸੋ ਇਸ ਤਕਨੀਕ ਨੂੰ ਅਪਣਾਉਣ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਹਾਇਤਾ ਲੈ ਸਕਦੇ ਹੋ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹਦੇ ਬਾਰੇ ਤੁਹਾਡੇ ਨਾਲ ਇੱਕ ਤਰ੍ਹਾਂ ਕੋਈ ਵੀ ਕਿਸੇ ਤਰ੍ਹਾਂ ਦੀ ਗਾਈਡੈਂਸ ਪ੍ਰੋਵਾਈਡ ਕਰਦੀ ਹੈ। ਜੇ ਲੋੜ ਪਵੇ ਤਾਂ ਤੁਹਾਡੀ ਸਾਈਟ 'ਤੇ ਵੀ ਵਿਜ਼ਿਟ ਕਰਦੀ ਹੈ, ਤਾਂ ਕਿ ਤੁਹਾਡਾ ਜਿਹੜਾ ਰਿਚਾਰਜ ਸਟਰਕਚਰ ਹੈਗੀ ਹੈ ਬੜੀ ਸਿੰਪਲ, ਸਾਫ਼ ਸੁਥਰੀ ਅਤੇ ਡੂਰੇਬਲ ਜਿਹੜੀ ਹੈ ਲੱਗ ਸਕੇ। ਅਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਕਿ ਇਹਨੂੰ ਵੱਧ ਤੋਂ ਵੱਧ ਅਪਣਾਓ, ਤਾਂ ਕਿ ਇਹਨੂੰ ਆਪਾਂ ਵੱਡੇ ਪੱਧਰ 'ਤੇ ਵਧਾ ਕੇ ਅਤੇ ਪਾਣੀ ਦੇ ਜਿਹੜੇ ਆ ਜਲ ਦਾ ਸੰਕਟ ਆਇਆ ਉਹਨੂੰ ਉੱਤੋਂ ਆਪਾਂ ਉਭਾਰੀਏ। ਧੰਨਵਾਦ। ਸੋ ਵੀਰੋ, ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ, ਵਰਖਾ ਰੁੱਤੇ ਵਾਧੂ ਪਾਣੀ ਨੂੰ ਇਕੱਠਾ ਕਰਨ ਅਤੇ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਇੱਕ ਸਫਲ ਕਾਰਗਰ ਤਰੀਕਾ ਹੈ ਛੱਤਾਂ ਰਾਹੀਂ ਮੀਂਹ ਦੇ ਪਾਣੀ ਨੂੰ ਨਿਗਾਰਨਾ। ਲੋੜ ਹੈ ਅਜਿਹੀਆਂ ਤਕਨੀਕਾਂ ਨੂੰ ਵੱਧ ਤੋਂ ਵੱਧ ਅਪਣਾਉਣ ਦੀ।